ਸਾਬ ਮੋਰਚੇ ਦੇ ਆਗੂ ਸੁਖਰਾਜ ਸਿੰਘ ਦੇ ਨਾਲ ਹਾਦਸਾ। ਲਾਇਸੈਂਸ ਰਿਵਾਲਵਰ ਸਾਫ ਕਰਦੇ ਹੋਏ ਚਾਲੀ ਗੋਲੀ। ਗੋਲੀ ਚੱਲਣ ਨਾਲ ਸੁਖਰਾਜ ਸਿੰਘ ਹੋਏ ਜ਼ਖਮੀ, ਕਰਵਾਇਆ ਹਸਪਤਾਲ ਭਰਤੀ। ਬਾਬਲਕਲਾ ਗੋਲੀਕਾਂਡ ਦੀ ਘਟਨਾ ਦੇ ਵਿੱਚ ਜਾਨ ਗੁਆਉਣ ਵਾਲੇ ਭਾਈ ਕਿਸ਼ਨ ਭਗਵਾਨ ਸਿੰਘ ਦੇ ਬੇਟੇ ਇਨਸਾਫ਼ ਮੋਰਚੇ ਦੇ ਆਗੂ ਸੁਖਰਾਜ ਸਿੰਘ ਦੇ ਨਾਲ ਹੁਣੇ ਵੱਡਾ ਹਾਦਸਾ ਵਾਪਰਿਆ। ਉਹਨਾਂ ਦੀ ਲਾਇਸੈਂਸੀ ਰਿਵੋਲਵਰ ਸਾਫ਼ ਕਰਦੇ ਹੋਏ ਜਿਹੜੀ ਹੈ ਗੋਲੀ ਚੱਲ ਜਾਂਦੀ ਹੈ। ਗੋਲੀ ਚੱਲਣ ਤੋਂ ਬਾਅਦ ਉਹ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਪਹਿਲਾਂ ਮੈਡੀਕਲ ਕਾਲਜ ਹਸਪਤਾਲ ਫਿਰ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ ਹੈ। ਤਾਂ ਇਹ ਹਾਦਸਾ ਵਾਪਰਿਆ ਇਨਸਾਫ਼ ਮੋਰਚੇ ਦੇ ਆਗੂ ਸੁਖਰਾਜ ਸਿੰਘ ਦੇ ਨਾਲ, ਜੋ ਕਿ ਫਰੀਦਕੋਟ ਦੇ ਰਹਿਣ ਵਾਲੇ ਨੇ, ਅਤੇ ਬੇਅਦਬੀ ਮਾਮਲੇ ਅਤੇ ਗੋਲੀਕਾਂਡ ਨੂੰ ਲੈ ਕੇ ਬਰਗਾੜੀ ਅਤੇ ਉਸ ਤੋਂ ਬਾਅਦ ਬਹਿਬਲ ਕਲਾਂ ਦੇ ਵਿੱਚ ਲਗਾਤਾਰ ਇਨਸਾਫ਼ ਦੀ ਮੰਗ ਨੂੰ ਲੈ ਕੇ ਧਰਨਾ ਲਗਾਇਆ ਗਿਆ ਸੀ, ਜਿਸ ਦੌਰਾਨ ਉਹਨਾਂ ਦੇ ਪਿਤਾ ਸੀ ਜਿਹੜੇ ਉਹਨਾਂ ਦੀ ਵੀ ਮੌਤ ਹੋ ਗਈ ਸੀ। ਅਤੇ ਹੁਣੇ ਉਹਨਾਂ ਦੇ ਨਾਲ ਵੱਡਾ ਹਾਦਸਾ ਵਾਪਰਿਆ। ਦੇਖਦੇ ਹਾਂ ਸੁਖਰਾਜ ਸਿੰਘ ਦੀ ਇਸ ਵੇਲੇ ਕੀ ਹਾਲਤ ਹੈ। ਪ੍ਰੈਸ ਹੋ ਗਿਆ ਤੇ ਉਹਦੇ ਕਰਕੇ ਤਾਂ ਚੋ ਜਿਹੜੀ ਹੈ ਕੋਈ ਦਿੱਕਤ ਨਹੀਂ ਹੈ, ਵੱਡੀ ਗੱਲ ਨਹੀਂ ਹੈ, ਠੀਕ ਹੈ। ਬਸ ਤਬੀਅਤ ਕਿਵੇਂ? ਉਹ ਠੀਕ ਹੈ ਬਾਈ, ਵਧੀਆ ਚੜ੍ਹਦੀ ਕਲਾ। ਇਹ ਚੱਲੀ ਕਿਵੇਂ? ਉਹ ਸਾਫ਼ ਕਰ ਰਿਹਾ ਸੀ, ਮੈਂ ਦੱਸ ਰਿਹਾ ਤੁਹਾਨੂੰ। ਬਾਂਹ ਚ ਆ ਬਾਈ, ਬਾਂਹ ਚ ਕੋਈ ਦਿੱਕਤ ਨਹੀਂ, ਅੰਦਰ ਗਈ ਹੈ ਪਰ ਉਹਨਾਂ ਨੇ ਉੱਪਰਲੇ ਮਾਸ ਦੇ ਚੀਆਂ, ਬਾਹਰੋਂ ਕੋਈ ਵੱਡੀ ਗੱਲ ਨਹੀਂ ਗਿਰਿਆ। ਹਾਂਜੀ ਹਾਂਜੀ, ਫਰੀਦਕੋਟ ਤੋਂ ਸੁਨੀਲ ਜਿੰਦਲ ਦੇ ਨਾਲ ਚੜ੍ਹਦੀ ਕਲਾ ਟਾਈਮ ਟੀਵੀ ਬਿਊਰੋ ਰਿਪੋਰਟ।